ਹਾਂਜੀ, ਡਿਪਾਰਟਮੈਂਟ ਵੱਲੋਂ ਜੋ ਰੀਸੈਂਟ ਚੇਂਜਸ ਕੀਤੇ ਗਏ 482 ਦੇ ਵੀਜ਼ਾ ਰਿਕੁਆਇਰਮੈਂਟਸ ਨੂੰ ਲੈ ਕੇ, ਇਹ ਬੈਨੀਫਿਟ ਉਹਨਾਂ ਸਾਰੇ ਐਪਲੀਕੈਂਟਸ ਨੂੰ ਮਿਲਣ ਜਾ ਰਿਹਾ ਵਾ ਜੋ ਟ੍ਰੇਡ ਓਕੂਪੇਸ਼ਨ ਦੇ ਵਿੱਚ ਕੰਮ ਕਰ ਰਹੇ ਆ। ਕਾਫੀ ਹੱਦ ਤੱਕ ਪਿਛਲੇ ਅਗਰ ਮਹੀਨੇ ਦੀ ਗੱਲ ਕਰੀਏ ਜਦੋਂ ਲਿਸਟ ਬਾਰੇ, ਸਕਿੱਲ ਲਿਸਟ ਬਾਰੇ ਡਿਸਕਸ਼ਨ ਚੱਲ ਰਿਹਾ ਸੀਗਾ ਕਿ ਸ਼ੈਫ ਜਾਂ ਟ੍ਰੇਡ ਦੇ ਨਾਲ ਰਿਲੇਟਡ ਮਕੈਨਿਕ, ਕਾਰਪੈਂਟਰੀ ਵਰਗੀ ਓਕੂਪੇਸ਼ਨ ਨੂੰ ਪੀ ਆਰ ਲਿਸਟ ਵਿੱਚ ਕੱਢ ਦਿੱਤਾ ਜਾਏਗਾ, ਉਹ ਐਪਲੀਕੈਂਟਸ ਦੇ ਲਈ ਇਹ ਬਹੁਤ ਵੱਡੀ ਰਾਹਤ ਆ, ਇੱਕ ਸਾਈਨ ਹੈ ਜਿਹਦੇ ਵਿੱਚ ਉਹ ਆਪਣੇ ਇੰਪਲੋਇਰ ਦੇ ਨਾਲ ਗੱਲ ਕਰਕੇ ਆਪਣੀਆਂ ਰਿਕੁਆਇਰਮੈਂਟਸ, 1 ਈਅਰ ਵਾਲੀ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਪੂਰਾ ਕਰਕੇ ਸਪੋਂਸਰ ਲੈ ਸਕਦੇ ਔਰ ਸਕਿੱਲਡ ਵੀਜ਼ੇ ਦੇ ਲਈ ਅਪਲਾਈ ਕਰ ਸਕਦੇ ਹੈ। ਡਿਪਾਰਟਮੈਂਟ ਵੀ ਚਾਹੁੰਦਾ ਹੈ ਕਿ 485-408 ਐਪਲੀਕੈਂਟਸ ਜਿਨ੍ਹਾਂ ਕੋਲ ਸਕਿੱਲ ਹੈ ਆਪਣੀ ਇੰਡਸਟਰੀ 'ਚ ਕੰਮ ਕਰ ਰਹੇ, ਰਾਦਰ ਦੈਨ ਕਿ ਉਹ ਸਟੂਡੈਂਟ ਵੀਜ਼ੇ 'ਤੇ ਵਾਪਸ ਜਾਣ, ਉਹ ਕੋਈ ਨਾ ਕੋਈ ਸਕਿੱਲਡ ਵੀਜ਼ਾ ਅਪਲਾਈ ਕਰਨ ਤਾਂ ਕਿ ਆਸਟ੍ਰੇਲੀਅਨ ਇਕੋਨਮੀ ਨੂੰ ਕਿਸੇ ਤਰੀਕੇ ਕੰਟਰੀਬਿਊਟ ਕਰ ਸਕਣ। 482 ਦੀਆਂ ਰਿਕੁਆਇਰਮੈਂਟਸ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਕੀ ਸਪੋਂਸਰ ਦੀਆਂ ਰਿਕੁਆਇਰਮੈਂਟ ਰਹਿਣਗੀਆਂ, ਉਹਨਾਂ ਲਈ ਕੰਸਲਟੇਸ਼ਨ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡੀਆਂ ਬ੍ਰਾਂਚਿਸ ਮੈਲਬਰਨ CBD ਅਤੇ ਟੁਨੀਨਾ ਆਫਿਸ ਦੇ ਵਿੱਚ ਹੈ।